बच्चे गिम्बल गेटिंग रेडी। पुठी जीप लेके जांदे ने बैक करके नाल हैगा पुराना राजदूत। ओ जी आ गईयां साडियां दो प्रॉपर्टीज, एक राजदूत ते एक हैगा जी चांगा जी। ਸਕਾਈ ਸਾਡੇ ਮੋਹਾਲੀ ਦੇ ਵਿੱਚ ਸਕਾਈ ਵਾਕ ਸਕਸੀ ਹੋਇਆ, ਮੀਂਹ ਪੈ ਕੇ ਹਟਿਆ ਥੋੜ੍ਹੀ ਦੇਰ ਪਹਿਲਾਂ ਜੀ। ਇਨ ਦਾ ਹਾਊਸ ਇਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਅੱਜ ਦੇ ਸ਼ੂਟ ਲਈ, ਸਾਡੇ ਵੱਡੇ ਭਰਾ ਅਤੇ ਸਾਡੇ ਸ਼ੂਟ ਸ਼ੁਰੂ ਹੋ ਚੁੱਕਾ ਜੀ। ਸੈਕਿੰਡ ਸੀਕੁਐਂਸ ਕੰਪਲੀਟ ਹੋ ਚੁੱਕਾ, ਸੋ ਆਪਣੇ ਲਾਈਟ ਆਰਟਿਸਟ ਮੁੰਡੇ ਕੰਮ ਕਰ ਰਹੇ ਨੇ ਡੱਟ ਕੇ, ਕੈਮਰਾ ਟੀਮ। ਜਦੋਂ ਟਾਈਮ ਮਿਲੇਗਾ ਮੈਂ ਸਨੈਪਚੈਟ ਪਾਉਣ ਦੀ ਕੋਸ਼ਿਸ਼ ਕਰੂੰਗਾ, ਪਰ ਕਈ ਵਾਰ ਸ਼ਾਰਟ ਲੈਂਦੇ ਲੈਂਦੇ ਬਿਜ਼ੀ ਹੋ ਜਾਂਦਾ ਬੰਦਾ, ਸੋ ਟਾਈਮ ਹੀ ਲੱਗਦਾ। ਭਾਅ ਜੀ ਸਾਡੇ ਤੋਂ ਤੰਗ ਤਾਂ ਨਹੀਂ ਭਾਅ ਜੀ? ਸ਼ੂਟਿੰਗ ਵਾਲਿਆਂ ਤੋਂ ਸਾਰੇ ਤੰਗ ਹੋ ਜਾਂਦੇ ਨੇ। ਥੋੜ੍ਹੀ ਥੋੜ੍ਹੀ ਕਦੇ ਕਦੇ ਆਪਾਂ ਫੀਲ ਲੈ ਲੈਂਦੇ ਹਾਂ ਵਿੱਚ, ਪਰ ਸ਼ਾਰਟ ਸਮਝਾਉਣਾ ਚਾਹ ਰਹੇ ਹਾਂ ਸੋ ਆਰਟਿਸਟਾਂ ਨੂੰ। ਆਰਟਿਸਟ ਰੋਟੀ ਖਾ ਰਹੇ ਨੇ, ਸੈਟਅਪ ਕਰਨ ਲੱਗੇ ਹੋਏ ਨੇ। ਪੰਜ ਸੀਕੁਐਂਸ ਨੇ ਅਤੇ ਦੋ ਆਪਣੇ ਸੀਕੁਐਂਸ ਹੋ ਗਏ ਨੇ, ਸੋ ਇੱਕ ਛੋਟਾ ਜਿਹਾ ਸੀਕੁਐਂਸ ਹੋਰ ਹੈ ਉਹ ਕਰਨ ਲੱਗੇ ਹਾਂ, ਸੋ ਆਰਟਿਸਟ ਰੈਡੀ ਹੋ ਰਹੇ ਨੇ ਟਰੈਕ ਲਾ। ਈਸ਼ ਭਾਅ ਜੀ ਇਨ ਦਾ ਹਾਊਸ, ਬਹੁਤ ਵਧੀਆ ਕੋਰੀਓਗ੍ਰਾਫਰ ਨੇ ਅਤੇ ਇਹ ਸਾਡੀ ਟੀਮ ਦਾ ਹਿੱਸਾ ਨੇ ਅੱਜ, ਅਤੇ ਉੱਧਰ ਹੈਪੀ ਸਿੰਘ ਕੈਮਰਾ 'ਤੇ, ਚੰਗਾ ਜੀਪ ਦੇ ਉੱਤੇ ਨੇ ਅਤੇ ਸ਼ੇਡ ਰਹਿਣ ਤੋਂ ਭਾਅ ਜੀ। ਹਾਂ ਮੈਂ ਉਤਰਵਾ ਦਿੰਦੇ ਉਤਰਵਾ ਅਗਲੀ ਸ਼ਿਫਟਿੰਗ ਕਰ ਰਹੇ ਹਾਂ, ਧੁੱਪ ਪੈ ਰਹੀ ਹੈ ਲੋਕੇਸ਼ਨ ਪਿੱਛੇ ਅਤੇ ਰੋਡ ਸਾਈਡ ਲੋਕੇਸ਼ਨ ਸਾਡੀ ਜੀਪ ਆ ਗਈ ਹੈ ਵੀ ਆ ਗਈ ਆਪਣੀ ਚੌਂਗਾ ਹੈਪੀ ਸਿੰਘ ਹੜਤਾਲ ਪੇ ਕਦੇ ਰੋਟੀ ਨਹੀਂ ਮਿਲੀ ਸ਼ੂਟ 'ਤੇ। ਕਾਰ ਕੇ ਮੰਮਾ ਕੋ ਹਮੇਸ਼ਾ ਟੈਨਸ਼ਨ ਰਹਿੰਦੀ ਹੈ ਕਿ ਸ਼ਾਟ ਅੱਛਾ ਹੋਇਆ ਕਿ ਨਹੀਂ, ਤੋ ਇਸ਼ਕ ਕੋ ਵੀ ਟੈਨਸ਼ਨ ਹੈ। ਮੁੰਡਿਆਂ ਨੇ ਸਾਡਾ ਇਸ ਫਾਰਮ ਹਾਊਸ ਦੇ ਵਿੱਚ ਬਹੁਤ ਕੇਅਰ ਕੀਤੀ ਸਾਡੀ। ਲਓ ਜੀ ਦੱਸੋ ਕਿੱਕੇ ਸੂਟ ਤੇ ਦਾ ਕਪੇ ਮਾਲੀ ਮਿੱਤਰ ਦਾ ਨਾ ਚੱਲੇ ਜਿੱਤੇ ਮਰਜੀ ਤਬੰਗ ਚੜਾ ਲਈ ਮਿੱਤਰ। ਲਓ ਜੀ ਇਹ ਬੰਦਾ ਘੈਂਟ ਆ, ਮੁੰਡੇ ਨੇ ਪੂਰੀ ਕੇਅਰ ਹੋ ਗਈ ਸ਼ਿਫਟਿੰਗ ਅਤੇ ਅਸੀਂ ਜਾ ਰਹੇ ਹਾਂ ਦੂਸਰੀ ਲੋਕੇਸ਼ਨ 'ਤੇ, ਸੋ ਪੈਕਿੰਗਾਂ ਸ਼ੈਕਿੰਗਾਂ ਚੱਲ ਰਹੀਆਂ ਨੇ। ਇਹ ਕਿਉਂ ਕੌਣ ਹੈ, ਕੈਸਾ ਲੱਗਾ ਸ਼ੂਟ?
video. Very nice, and it's really nice working with you, and hope we'll work very soon again. Yeah, sure. Joy action. Keep doing. Act me row. खुल के वापस ले शैडो जी शूट इज अबाउट टू कंप्लीट ते काफी ठंड हुई पी है बहुत ज्यादा सो कुछ बोलने पैकअप वाली वीडियो डिलीट हो गई सो मैं पैकअप दोबारा कहना चाह रहा ठंड लगी बहुत ठंड सी सो इट्स फाइनली पैकअप ये फाइनली पहुंच गए हैं जी घर टायर्ड हो गया कम टैनिंग हो गई अज धुप बहुत हार्ड सी बस जी फुटेज देखने लग गए थे फिर टाइम लग गया फुटेज देखते सो वधिया शूट हो गया तो चा चढ़ जाता फिर बुरा हाल है जी खांसी नाल मौसम चेंज हो रहा करके नाल टायर्ड बहुत हो सारा शरीर दुखी जाता